दोस्त मैं बेनती करांगा एक मिनट चुप कर जाना था प्लीज मैं ਤੁਹਾਡੇ ਨਾਲ ਗੱਲ ਸਾਂਝਾ ਕਰਨਾ ਚਾਹੁੰਦਾ ਧੰਨਵਾਦ ਇਸ ਗੱਲ ਦਾ ਨਹੀਂ ਕਿ ਤੁਸੀਂ ਹੁਮ ਹਮ ਆ ਕੇ ਇੱਥੇ ਪਹੁੰਚੇ ਪਹਿਲਾਂ ਜਦੋਂ ਮੈਂ ਆਇਆ ਸੀ ਸਟੇਜ 'ਤੇ ਤਾਂ ਮੈਂ ਤੁਹਾਡਾ ਧੰਨਵਾਦ ਕੀਤਾ ਕਿ ਤੁਸੀਂ ਇੱਥੇ ਪਹੁੰਚੇ ਪਰ ਹੁਣ ਮੈਂ ਧੰਨਵਾਦ ਇਸ ਕਰਕੇ ਕਰ ਰਿਹਾ ਕਿ ਤੁਸੀਂ ਸਾਨੂੰ ਸ਼ੀਸ਼ਾ ਦਿਖਾਇਆ ਜੋ ਕਿ ਜਨਤਾ ਦਾ ਫਰਜ਼ ਹੈ ਮਿੱਠੀਆਂ ਬੋਲੀਆਂ ਕਰਨੀਆਂ ਸਾਡੇ ਮੂੰਹ 'ਤੇ ਸਾਡੀਆਂ ਤਾਰੀਫਾਂ ਕਰਨੀਆਂ ਤਾਂ ਉੱਥੋਂ ਪਤਾ ਲੱਗਦਾ ਕਿ ਸਭ ਝੂਠ ਬੋਲ ਰਹੇ ਨੇ ਜੋ ਸੱਚਾਈ ਹੈ ਤੁਸੀਂ ਬਿਆਨ ਕੀਤੀ ਤੁਸੀਂ ਦੁੱਖ ਹੋ ਤੁਹਾਡਾ ਦੁੱਖ ਉੱਭਰ ਕੇ ਸਾਹਮਣੇ ਆਇਆ ਜੇ ਮੈਂ ਇਸ ਜ਼ਿਲ੍ਹੇ ਦਾ ਮੁਖੀ ਹੈ ਉਸਦਾ ਸਾਰੀ ਜ਼ਿੰਮੇਵਾਰੀ ਮੇਰੀ ਬਣਦੀ ਹੈ ਮੈਂ ਪਬਲਿਕਲੀ ਇਸ ਨੂੰ ਅਸੈਪਟ ਕਰਦਾ ਜੇ ਕਿਤੇ ਅਸੀਂ ਫੇਲ ਹੈ ਤਾਂ ਮੇਰੀ ਇਹਦੇ ਵਿੱਚ ਪੂਰੀ ਸ਼ਮੂਲੀਅਤ ਹੈ ਮੈਨੂੰ ਭਾਵੇਂ 3 ਮਹੀਨੇ ਹੋਏ ਆ ਪਰ ਮੈਨੂੰ ਇੱਥੇ ਕੰਮ ਕਰਨਾ ਚਾਹੀਦਾ ਦੂਸਰੀ ਗੱਲ ਜਿੰਨੀ ਤਨਖਾਹਾਂ ਸਾਡੇ ਪੁਲਿਸ ਨੂੰ ਮਿਲਦੀਆਂ ਸ਼ਾਇਦ ਕਿਸੇ ਹਿੰਦੁਸਤਾਨ ਦੇ ਵਿੱਚ ਕਿਸੇ ਨੂੰ ਵੀ ਨਹੀਂ 70-70 ਹਜ਼ਾਰ ਰੁਪਇਆ ਇਹ ਲੈਂਦੇ ਨੇ 1.5 ਲੱਖ ਰੁਪਇਆ ਮੈਨੂੰ ਦਿੰਦੀ ਹੈ ਸਰਕਾਰ ਘਰ ਦਿੰਦੀ ਹੈ ਤੇਲ ਦਿੰਦੀ ਹੈ ਐਸੋ ਆਰਾਮ ਕਰਾਉਂਦੇ ਸਾਨੂੰ ਸਾਡੇ ਲਈ ਸ਼ਰਮ ਦੀ ਗੱਲ ਹੈ ਜੇ ਅਸੀਂ ਸੋਸਾਇਟੀ ਲਈ ਐਸੇ ਵਰਗ ਤੋਂ ਆਏ ਹਾਂ ਲੋਕਾਂ ਨੂੰ ਰੋਟੀ ਨਹੀਂ ਮਿਲਦੀ ਤੇ ਅਸੀਂ 70-80 ਹਜ਼ਾਰ ਲੱਖ ਰੁਪਇਆ ਲੈ ਕੇ ਆਪਣੇ ਫਰਜ਼ਾਂ ਤੋਂ ਭੱਜ ਰਹੇ ਮੈਂ ਆਪਣੀ ਫੋਰਸ ਨੂੰ ਅਪੀਲ ਕਰਦਾ ਕਿ ਲੋਕਾਂ ਦੀ ਆਵਾਜ਼ ਸੁਣੋ ਇਹ ਸਵਰਗ ਨਰਕ ਜਿਹੜਾ ਆਈ ਜੀ ਸਾਹਿਬ ਨੇ ਤਾਂ ਕਿਹਾ ਵੀ ਚਲੋ ਆਪਾਂ ਛੱਡ ਦਿੰਦੇ ਹਾਂ ਪਰ ਮੈਂ ਤੁਹਾਨੂੰ ਕਹਿੰਦਾ ਸਵਰਗ ਨਰਕ ਇੱਥੇ ਹੀ ਹੈ ਹਰਾਮ ਦੀ ਕਮਾਈ ਖਾਓਗੇ ਬੱਚਿਆਂ ਤੱਕ ਜਾਓਗੀ ਨਸ਼ਿਆਂ ਦੀ ਕਰਮ ਕਰੋਗੇ ਤੁਹਾਡੇ ਜਵਾਕਾਂ ਤੱਕ ਕੋਲ ਪੈ ਜਾਣਾ ਇਸ ਪੀੜ੍ਹੀ 'ਚ ਨਾ ਪਾਊਗਾ ਅਗਲੀ ਪੀੜ੍ਹੀ 'ਚ ਪੈ ਜਾਊ ਅਗਲੀ ਪੀੜ੍ਹੀ 'ਚ ਪੈ ਜਾਊ ਤੀਜੀ ਪੀੜ੍ਹੀ ਆਪਾਂ ਤਾਂ 7-7 ਪੀੜ੍ਹੀਆਂ ਦੇ ਪੈਸੇ ਇਕੱਠੇ ਕਰਨ ਕਰ ਲੂ ਫਿਰ ਬਿਲਕੁਲ ਗੱਲ ਤੁਹਾਡੀ ਠੀਕ ਹੈ ਬਿਲਕੁਲ ਖੁਸ਼ ਹਾਂ ਮੈਂ ਇਸ ਕਰਕੇ ਨਹੀਂ ਕਿ ਮੇਰਾ ਸਿਰ ਝੁਕਦਾ ਤੁਹਾਡੀ ਸੱਚਾਈ ਦੇ ਅੱਗੇ ਬਿਲਕੁਲ ਸੱਚ ਬੋਲਿਆ ਤੁਸੀਂ ਬਿਲਕੁਲ ਸੱਚ ਬੋਲਿਆ ਪਰਿਆ ਕੀਤਾ ਮੈਂ ਹੈਗਾ ਮੈਂ ਸਾਰੇ ਪਾਸੇ ਸੁਣੀ ਹੈ ਨਲੈਕੀ ਹੈ ਸਾਡੀ ਕਿਸੇ ਹੋਰ ਮਹਿਕਮੇ ਦੀ ਹੋਵੇ ਨਾ ਹੋਵੇ ਵਿਜ਼ੀਬਲ ਵੇ ਸਾਡਾ ਲਾ ਇਨਫੋਰਸਮੈਂਟ ਸਾਡੀ ਹੈ ਜਿਹੜੀ ਤੁਸੀਂ ਕਹਿੰਦੇ ਹੋ ਆਮ ਬੀਬੀ ਆਈ ਮੈਨੂੰ ਘਰ ਵਾਲੇ ਨੇ ਕੁੱਟ ਕੇ ਭੇਜਿਆ 12 ਵਜੇ ਹੁਣ ਪੈਸੇ ਲੈਣੇ ਹੋਣ ਰਾਤ ਦੇ 3 ਵਜੇ ਘਰੇ ਚਲੇ ਜਾਣਗੇ ਕੋਈ ਦੁਖੀ ਫਰਿਆਦੀ ਆ ਜਾਏ ਨਾ ਟਾਈਮ ਹੈ ਨਹੀਂ ਉੱਧਰ ਜਾਣਾ ਇੱਧਰ ਜਾਣਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਆਬਜ਼ਰਵੇਸ਼ਨ ਇਜ਼ ਐਬਸੋਲੂਟਲੀ ਰਾਈਟ ਪੁਲਿਸ ਦੀ ਸਾਜ ਬਾਜ ਤੋਂ ਬਗੈਰ ਕੁਛ ਵੀ ਨਹੀਂ ਹੋ ਸਕਦਾ ਇਹ ਪੁਲਿਸ ਨੂੰ ਜਿਹੜੀਆਂ ਆਈ ਜੀ ਸਾਹਿਬ ਨੂੰ ਅਸੀਂ ਜਨਮ ਦਿੱਤੀ ਡੀਸੀ ਸਾਹਿਬ ਇੱਥੇ ਬੈਠੇ ਨੇ ਚੌਹਾਨ ਸਾਹਿਬ ਨੇ ਅਸੀਂ ਸਾਰੀ ਉਮਰ ਏਸੀਆਂ ਦੇ ਵਿੱਚ ਬੈਠੇ ਹਾਂ ਸਰਹੱਦਾਂ ਦੇ ਲੋਕੀ ਲੜੀ ਜਾਂਦੇ ਨੇ ਅਸੀਂ ਜਦੋਂ ਇਹ ਆਏ ਫਿਰ ਇਹਨਾਂ ਨੂੰ ਕੰਮ ਤੇ ਲਾਤਾ ਵੀ ਤੁਸੀਂ ਇਹਨਾਂ ਦਾ ਚਾਹੀਦਾ ਸੀ ਅਸੀਂ ਇਹਨਾਂ ਨੂੰ ਸਨਮਾਨ ਕਰਦੇ ਆਪਦੀ ਰਹਿੰਦੀ ਜ਼ਿੰਦਗੀ ਇਹ ਆਪਦਾ ਆਰਾਮ ਨਾਲ ਕੱਟਦੇ ਅਸੀਂ ਫਿਰ ਇਹਨਾਂ ਨੂੰ ਕੰਮ ਤੇ ਲਾਤਾ ਤੁਸੀਂ ਨਸ਼ੇ ਲਈ ਲੜੋ ਅਸੀਂ ਕੀ ਕਰਦੇ ਪਏ ਸਾਡੇ ਵੀ ਵਰਦੀ ਪਾਈ ਹੈ ਜਿਹੜੀਆਂ ਕਾਲੀਆਂ ਭੇਡਾਂ ਸ਼ਰਮ ਆਉਣੀ ਚਾਹੀਦੀ ਹੈ ਮੈਨੂੰ ਪਬਲਿਕਲੀ ਕੋਈ ਇਸ ਵਿੱਚ ਹਰਜ ਨਹੀਂ ਜਿਹੜਾ ਕਾਲੀਆਂ ਭੇਡਾਂ ਉਹ ਬੰਦੇ ਨੂੰ ਉਹਦੀ ਬੰਦੇ ਉਹਨੂੰ ਤਾਂ ਸਜ਼ਾ ਮਿਲਣੀ ਮਿਲਣੀ ਹੈ ਮੈਂ ਤੁਹਾਡਾ ਵਾਅਦਾ ਕਰਦਾ ਮੈਂ ਇੱਥੇ SSP ਰਿਹਾ ਤਾਂ ਇਹਨਾਂ ਕਾਲੀਆਂ ਭੇਡਾਂ ਨੂੰ ਪਰਚਾ ਦੇ ਕੇ ਅੰਦਰ ਕਰਕੇ ਹੀ ਔਰ ਇਸਤੋਂ ਬਦਲ ਕੇ ਜੇ ਕਿਸੇ ਸਰਕਾਰਾਂ ਨੂੰ ਕਿਤੇ ਹੋਰ ਭੇਜਿਆ ਅੱਖ ਰੱਖੂੰਗਾ ਘੱਟੋ ਘੱਟ 20 ਇਸੇ ਸਾਲ ਦੇ ਵਿੱਚ ਪਰਚੇ ਦੇ ਕੇ ਅੰਦਰ ਕਰਕੇ ਜਾਊਂਗਾ ਸਾਰੇ ਇੰਨਾ 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 ਸਰਤਾਪ ਹੈ ਇਸ ਲੋਕਾਂ ਦੇ ਵਿੱਚ ਸ਼ਰਮ ਆਉਣੀ ਚਾਹੀਦੀ ਹੈ ਸਾਨੂੰ ਪੁਲਿਸ ਨੂੰ ਮੈਂ ਇੱਥੇ ਧੰਨਵਾਦ ਕੀ ਕਰਾਂ ਮੈਂ ਤਾਂ ਤੁਸੀਂ ਜਿਹੜਾ ਸ਼ੀਸ਼ਾ ਦਿਖਾਇਆ ਮੇਰੇ ਕੋਲ ਤਾਂ ਕੋਈ ਗੱਲ ਕਰਨ ਨੂੰ ਹੈ ਨਹੀਂ ਮੈਂ ਕਹਾਂ ਜੀ ਤੁਸੀਂ ਆਏ ਤੁਸੀਂ ਗਰਮੀ ਦਾ ਸਾਲ ਇੱਦਾਂ ਗਰਮੀ ਦਾ ਸਾਹਮਣਾ ਕਰਕੇ ਇੱਥੇ ਪਹੁੰਚੇ ਗਰਮੀ ਦਾ ਕਈਆਂ ਭੈਣਾਂ ਦੇ ਸੁਹਾਗ ਉਜੜ ਗਏ ਬੱਚੇ ਜਿਹੜੀ ਬੀਬੀ ਰੋਈ ਜਾਂਦੀ ਹੈ ਮੇਰੇ 3 ਬੱਚੇ ਹੈ 3 ਨਸ਼ੇ ਦੇ ਵਿੱਚ ਹੈ ਅਤੇ ਅਸੀਂ ਬੈਠੇ ਆਪਦੇ ਦਫ਼ਤਰਾਂ ਦੇ ਵਿੱਚ ਆਪਦੀਆਂ ਗੱਡੀਆਂ ਦੇ ਵਿੱਚ ਇੱਥੇ ਸਾਰੀਆਂ ਇੱਥੋਂ ਚਿੱਠੀਆਂ ਲਿਖ ਲਿਖ ਕੇ ਭੇਜਣਾ ਸਭ ਅੱਛਾ ਹੈ ਸਭ ਅੱਛਾ ਹੈ ਆਹ ਅੱਛਾ ਹੈ ਜੋ ਦਿਖ ਰਿਹਾ ਹੈ ਇਸ ਕਰਕੇ ਮੈਂ ਇਹ ਕਹਿੰਦਾ ਤੁਸੀਂ ਬਿਲਕੁਲ ਖੁੱਲ੍ਹ ਕੇ ਕਿਸੇ ਤੋਂ ਡਰਨ ਦੀ ਲੋੜ ਨਹੀਂ ਜੇ ਅਸੀਂ ਸੋਚੀਏ ਉਹ ਕੀ ਕਹਿ ਦੂਗਾ ਅਸੀਂ ਥਾਂ 'ਤੇ ਗਏ ਸੀ ਉਹ ਕਹਿੰਦੇ ਸੀ ਅਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਉਹਨਾਂ ਨੇ ਸਾਡੀਆਂ ਲੱਤਾਂ ਤੁੜਵਾ ਦਿੱਤੀਆਂ ਉਹ ਫੌਜੀਆਂ ਨੇ ਤਾਂ ਆਪਣੀਆਂ ਜਾਨਾਂ ਦੇ ਦਿੱਤੀਆਂ ਫਿਰ ਕਿਉਂਕਿ ਲੱਤਾਂ ਟੁੱਟ ਗਈਆਂ ਫਿਰ ਕੀ ਹੋ ਗਿਆ ਲੋਕਾਂ ਨੇ ਆਪਣੇ ਆਪਣਾ ਇਤਿਹਾਸ ਤਾਂ ਦੇਖੋ ਦਸਮ ਪਿਤਾ ਦਾ ਇਤਿਹਾਸ ਤਾਂ ਦੇਖੋ ਮਾਤਾ ਗੁਜਰੀ ਦਾ ਇਤਿਹਾਸ ਤਾਂ ਦੇਖੋ ਅਸੀਂ ਛੋਟੀ ਛੋਟੀਆਂ ਗੱਲਾਂ ਤੋਂ ਡਰੀ ਜਾਂਦੇ ਹਾਂ ਉਹਨਾਂ ਨੇ ਤਾਂ ਆਪਦੇ ਸਾਰੇ ਪੁੱਤ ਮਾਰ ਦਿੱਤੇ ਉਹ ਤਾਂ ਡਰਿਆ ਨਹੀਂ ਸੱਚ ਦੇ ਉੱਤੇ ਲੜਾਈ ਲੜਨ ਦੇ ਅਸੀਂ ਸਾਡੇ ਜੀ ਚਪੇੜ ਮਾਰ ਦੂੰਗਾ ਸਾਡੀ ਕੋਈ ਸ਼ਿਕਾਇਤ ਕਰ ਦੂੰਗਾ ਸਾਡੇ ਝੂਠਾ ਪਰਚਾ ਦੇ ਦੂੰਗਾ ਤੇ ਫਿਰ ਅਸੀਂ ਕਾਹਦੇ ਲਈ ਬੈਠੇ ਮੈਂ ਵਾਅਦਾ ਕਰਦਾ ਮੈਂ ਆਪਦੀ ਵਰਦੀ ਨਾਲ ਵਫਾਦਾਰੀ ਕਰਦਾ ਮੇਰੇ ਕੋਲ ਕੋਈ ਝੂਠਾ ਪਰਚਾ ਆਊਗਾ ਜਿਹੜਾ ਵੀ ਪੁਲਿਸ ਮੁਲਾਜ਼ਮ
ਝੂਠਾ ਪਰਚਾ ਦਊਗਾ ਇੱਕ ਮਹੀਨੇ ਦੇ ਅੰਦਰ ਅੰਦਰ ਉਸੇ ਸਲਾਖਾਂ ਦੇ ਪਿੱਛੇ ਹੀ ਹੋਏ। ਇਹ ਮੈਂ ਪਬਲੀਕਲੀ ਤੁਹਾਨੂੰ ਦੱਸ ਕੇ ਚੱਲਿਆ, ਕੋਈ ਨਸ਼ੇ ਦੀ ਤੁਹਾਨੂੰ ਕੋਈ ਆਵੇ, ਅਸੀਂ ਜੀ ਨਸ਼ੇ ਦੀ ਸ਼ਿਕਾਇਤ ਕਰਨ ਗਏ ਸੀ ਸਾਨੂੰ ਹੀ ਉਲਟਾ ਪਰਚਾ ਦੇ ਦਿੱਤਾ। ਸਾਡੇ DSP ਸਾਹਿਬ ਬੈਠੇ ਨੇ, ਸਾਡੇ SP ਸਾਹਿਬ ਬੈਠੇ ਨੇ, ਇਹਨਾਂ ਦੇ ਸਾਹਮਣੇ ਮੈਂ ਕਹਿ ਕੇ ਚੱਲਿਆ ਦੋਨੋਂ ਤਿੰਨੋਂ SHO ਇੱਥੇ ਨੇ। ਪਰਚਾ ਕੋਈ ਜੇ ਕੋਈ ਸ਼ਿਕਾਇਤ, ਹਾਂ ਸ਼ਿਕਾਇਤ ਕੋਈ ਕਰਦਾ ਹੈ ਉਹਦੀ ਵੈਰੀਫਿਕੇਸ਼ਨ ਕਰਨਾ ਸਾਡਾ ਫਰਜ਼ ਹੁੰਦਾ। ਕਈ ਵਾਰੀ ਜੋ ਦਿਖਦਾ ਹੁੰਦਾ ਉਹ ਸੱਚ ਨਹੀਂ ਵੀ ਹੁੰਦਾ। ਜ਼ਰੂਰੀ ਨਹੀਂ ਕਿ ਜੋ ਦਿਖ ਰਿਹਾ ਹੈ ਕਿਸੇ ਦੇ ਗੱਡੀ 'ਚ ਕੋਈ ਚੀਜ਼ ਰੱਖ ਦਿੱਤੀ ਜਾਂਦੀ ਹੈ। ਹਾਂ ਮੈਂ ਇਹ ਵੀ ਗੱਲ ਇੱਥੇ ਕਲੀਅਰ ਕਰਨਾ ਚਾਹੁੰਦਾ, ਹਰ ਪੁਲਿਸ ਅਫਸਰ ਪੈਸੇ ਨਹੀਂ ਲੈਂਦਾ, ਹਰ ਪੁਲਿਸ ਅਫਸਰ ਬੇਈਮਾਨ ਨਹੀਂ ਹੈ। ਇਹ ਦੁਨੀਆ ਚੱਲਦੀ ਪਈ ਹੈ ਤਾਂ ਇਸ ਤਰ੍ਹਾਂ ਨਹੀਂ ਕਿ ਬੇਈਮਾਨ ਜ਼ਿਆਦਾ ਨੇ, ਇਸ ਕਰਕੇ ਚੱਲਦੀ ਪਈ ਹੈ ਕਿ ਇਮਾਨਦਾਰ ਜ਼ਿਆਦਾ ਨੇ। ਤੁਸੀਂ ਜੇ ਸੋਸਾਇਟੀ ਕਦਰਾਂ ਕੀਮਤਾਂ, ਇਹ ਤਾਂ ਤਲਾਕ ਬੜੇ ਹੁੰਦੇ ਨੇ ਤਾਂ ਲੋਕ ਵਿਆਹ ਕਰਾਉਣਾ ਛੱਡ ਦੇਣ, ਪਰ ਤਲਾਕ ਦੀ ਜਿਹੜੀ ਦਰ ਹੈਗੀ ਹੈ ਬਹੁਤ ਘੱਟ ਹੈ ਹਿੰਦੁਸਤਾਨ ਦੇ ਵਿੱਚ। ਜ਼ਿਆਦਾਤਰ ਮੈਰਿਜ ਸਕਸੈਸਫੁਲ ਨੇ। ਅਸੀਂ ਸਾਰੇ ਚੋਰ ਨਹੀਂ, ਮੈਂ ਚੋਰ ਨਹੀਂ, ਮੈਂ ਤੁਹਾਨੂੰ ਕਹਿ ਸਕਦਾ ਮੈਂ ਚੋਰ ਨਹੀਂ। ਜਦੋਂ ਤੁਸੀਂ ਮੈਨੂੰ ਫੋਨ ਕਰ ਦਿੱਤਾ ਕਿ ਮੈਂ 1 ਰੁਪਿਆ ਇੱਥੇ ਰਿਸ਼ਵਤ ਦਾ ਲੈ ਕੇ ਗਿਆ ਫਿਰੋਜ਼ਪੁਰ, ਮੈਂ ਨੌਕਰੀ ਇੱਥੋਂ ਬਦਲੀ ਨਹੀਂ, ਨੌਕਰੀ ਛੱਡਾਂਗਾ। ਇੱਕ ਬੰਦਾ ਅੱਗੇ ਕਹਿ ਦੇ ਕਿ ਮੈਂ ਉਹਦੇ ਦਫ਼ਤਰ ਦੇ ਵਿੱਚ ਪਾਣੀ ਦਾ ਗਲਾਸ ਵੀ ਪਿਆ ਦੇ ਗਿਆ। ਮੈਂ ਉਹੀ ਚਾਹੂੰਗਾ ਕਿ ਮੇਰਾ ਕੋਈ ਵੀ ਪੁਲਿਸ ਅਫਸਰ, ਭਾਵੇਂ ਸਿਪਾਹੀ ਹੈ, ਇੱਥੇ ਆ ਕੇ ਮੈਨੂੰ ਜਨਤਾ ਨੇ ਦੱਸਿਆ ਕੋਈ ਇੱਥੇ ਮੁਨਸ਼ੀ ਹੈ, ਇੰਨੇ ਸਾਲਾਂ ਤੋਂ ਹੈ, ਇੱਥੋਂ ਮੈਂ ਜਾਊਂਗਾ, ਉਸਦਾ ਤਬਾਦਲਾ ਮੈਨੂੰ ਪਤਾ ਮੈਂ ਕਿੱਥੇ ਕਰਨਾ, ਮੈਨੂੰ ਪਤਾ ਮੈਂ ਕਰਕੇ ਜਾਊਂਗਾ, ਇੱਥੋਂ ਜਾਊਂਗਾ, ਰਸਤੇ 'ਚ ਆਰਡਰ ਕਰਕੇ ਜਾਊਂਗਾ। ਉਹ ਤੁਹਾਨੂੰ ਅੱਗੇ ਆਉਣਾ ਚਾਹੀਦਾ, ਇਹ ਕਰਕੇ ਤਾਂ ਘਰ ਉੱਜੜ ਜਾਣਗੇ। 1300-1700 ਪੁਲਿਸ ਅਫਸਰ ਹੈ ਇੱਥੇ, 1700-1500 ਲੱਖ ਦਾ ਨਸ਼ਾ ਨਹੀਂ ਖਤਮ ਕਰ ਸਕੂਗਾ। ਇਹ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ, ਤੁਹਾਨੂੰ ਵੀ ਅੱਗੇ ਆਉਣਾ ਪੈਣਾ, ਸਾਰਿਆਂ ਨੂੰ ਅੱਗੇ ਆਉਣਾ ਪੈਣਾ, ਹਰ ਇੱਕ ਵਰਗ ਨੂੰ ਅੱਗੇ ਆਉਣਾ ਪੈਣਾ, ਨੰਬਰਦਾਰ, ਚੌਕੀਦਾਰ, ਸਰਪੰਚ, ਆਪਣਾ ਜਿਹੜਾ ਇੱਥੇ ਕੋਈ BDO ਹੈ, ਕੋਈ BLO ਹੈ, ਆਂਗਨਵਾੜੀ ਭੈਣਾਂ ਨੇ ਤਾਂ ਵਾਟੀ ਕੱਢੇ ਪਏ ਆ ਇਸ ਕੰਮ ਨੂੰ, ਮੈਂ ਮੇਰਾ ਸਿਰ ਚੁੱਕਦਾ ਇਹਨਾਂ ਦੇ। ਸਾਡੇ ਬੰਦੇ, ਮੈਂ ਫਿਰ ਕਹਿੰਦਾ ਇਸ ਦੇ ਜਿਹੜੇ ਕਹਿੰਦੇ ਆ ਇਤਿਹਾਸ, ਕਹਿੰਦੇ ਆ ਪੰਜਾਬ ਦੇ ਜੰਮੇ ਨੂੰ ਨਿੱਤ ਮਹੀਮਾ, ਤੇ ਸਾਡੇ ਕੀ ਬੰਦਿਆਂ ਨੂੰ ਕੀ ਹੋਇਆ? ਅੱਜ ਤੱਕ ਹਰੀ ਸਿੰਘ ਨਲਵਾ ਵੀ ਤਾਂ ਇਸੇ ਧਰਤੀ ਦਾ ਸੀ, ਮਹਾਰਾਜਾ ਰਣਜੀਤ ਸਿੰਘ ਅਮੈਰੀਕਾ ਤੇ ਰੂਸ ਵਰਗੀਆਂ ਤਾਕਤਾਂ ਅਫਗਾਨਿਸਤਾਨ ਉੱਤੇ ਰਾਜ ਨਹੀਂ ਕਰ ਸਕੀਆਂ, ਮਹਾਰਾਜਾ ਰਣਜੀਤ ਸਿੰਘ ਨੇ ਇੱਥੋਂ ਬਹਿ ਕੇ, ਲਾਹੌਰ ਤੋਂ ਬਹਿ ਕੇ ਅਫਗਾਨਿਸਤਾਨ ਦੇ ਉੱਤੇ ਫਤਿਹ ਕੀਤੀ। ਕਿਹਨਾਂ ਦੇ ਸਿਰ ਤੇ? ਆਪਣੇ ਗੁਰੂਜਾਂ ਦੇ ਸਿਰ ਤੇ, ਆਪਣੇ ਪਿਓ ਪਾਦਾਦੇ ਪੁਰਖਾਂ ਹੋਣੇ ਆ ਜਿਹੜੇ ਉਹਨਾਂ ਨਾਲ ਜਾ ਕੇ ਲੜੇ। ਅੱਜ ਅਸੀਂ ਘਰਾਂ 'ਚ ਬਹਿ ਗਏ, ਸਾਨੂੰ ਜੀ ਕੋਈ ਚਪੇੜ ਮਾਰ ਦੂਗਾ, ਸਾਡੇ 'ਤੇ ਕੋਈ ਪਰਚਾ ਕਰਵਾ ਦੂਗਾ, ਸਾਡੀ ਕੋਈ ਲੱਤ ਤੋੜ ਦੂਗਾ, ਅਤੇ ਜਿਹੜੇ ਬੰਦੇ ਸ਼ਹੀਦ ਹੋ ਗਏ ਉਹਨਾਂ ਦੇ ਸ਼ਹੀਦੀਆਂ ਦਾ ਫਿਰ ਅਸੀਂ 23 ਸਾਲ ਦੀ ਉਮਰ 'ਚ ਕੀ ਲੋੜ ਸੀ ਭਗਤ ਸਿੰਘ ਨੂੰ ਫਾਂਸੀ ਦੇ ਉਹਦੇ 'ਤੇ ਝੂਲ ਜਾਣ ਦੀ? ਇਸ ਮੁਲਕ ਲਈ ਜਿੱਥੇ ਪੁਲਿਸ ਵੀ ਚੋਰ ਹੋਵੇ, ਜਿੱਥੇ ਪ੍ਰਸ਼ਾਸਨ ਚੋਰ ਹੋਣ, ਲੋਕ ਉਹ ਕਹਿੰਦੇ ਆ, ਕਹਿਣਾ ਨਹੀਂ ਮੈਨੂੰ ਚਾਹੀਦਾ ਪੰਜਾਬੀ ਵਿੱਚ, ਕਹਿੰਦਾ ਕੁੱਤੀ ਚੋਰ ਨਾਲ ਰਲ ਗਏ, ਜਿਹੜੀ ਰਾਖੇ ਹੈ ਉਹੀ ਚੋਰਾਂ ਨਾਲ ਰਲੇ ਪਏ ਆ, ਤਾਂ ਫਿਰ ਰਾਖੀ ਕੌਣ ਕਰੂ? ਪਰ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਸਾਰਿਆਂ ਦਾ, ਅਸੀਂ ਤਾਂ ਮੁਨਕਰ ਹੀ ਨਹੀਂ, ਮੈਂ ਤਾਂ ਆਪਦੀ ਗੱਲ ਤਾਂ ਕਰਦਾ ਹੀ ਪਿਆ, ਮੈਂ ਤਾਂ ਤੁਹਾਡੇ ਅੱਗੇ ਸਿਰ ਚੁਕਾਉਣਾ, ਸ਼ੀਸ਼ਾ ਤੁਸੀਂ ਦਿਖਾਇਆ, ਅਸੀਂ ਆਪਦੇ ਨੀਂਦ ਤੋਂ ਉੱਠੇ ਹਾਂ, ਹੋ ਸਕਦਾ ਕੁੰਭਕਰਨੀ ਨੀਂਦ ਵਿੱਚ ਹੋਈਏ, ਹੋ ਸਕਦਾ ਅਸੀਂ ਆਪ ਇੱਕ ਸਬਜ਼ ਬਾਗ ਦਿਖਾ ਰਹੇ ਹੋਈਏ, ਹਕੀਕਤ ਜ਼ਮੀਨੀ ਹਕੀਕਤ, ਇੱਕ ਪਿੰਡ 600 ਪਿੰਡ ਹੈਗਾ ਇਸ ਫਿਰੋਜ਼ਪੁਰ ਦੇ, ਔਰ ਇੱਕ ਪਿੰਡ ਜਾਵਾਂਗਾ, 3 ਮਹੀਨੇ ਰਿਹਾ ਤਾਂ ਸਾਰੇ 600 ਦੇ 600 ਪਿੰਡ ਮੈਂ ਗਾਊਂਗਾ, ਇੱਕ ਸਮਗਲਰ ਦੀ ਲਿਸਟ ਬਣਾਊਂਗਾ, ਦੇਖੂੰਗਾ ਕਿ ਸਾਰੇ ਸਮਗਲਰ ਪਿੱਛੇ ਜਾਣ। ਜਿਹੜੀ ਗੱਲ ਤੁਸੀਂ ਕੀਤੀ ਕਿ ਸ਼ਰਾਬ ਤੋਂ ਨਸ਼ਾ ਹੁੰਦਾ ਹੈ, ਬ੍ਰਾਂਚਾਂ ਹੁੰਦੀਆਂ, DC ਸਾਹਿਬ ਬੈਠੇ ਨੇ, ਅਸੀਂ ਮੋਢੇ ਦੇ ਮੋਢੇ, ਇਹਨਾਂ ਨੇ ਕਿਹਾ ਕਿ ਮੇਰਾ ਹਰਮਨ ਪਿਆਰਾ ਦੋਸਤ, ਇਹ ਮੇਰੇ ਬਹੁਤ ਵੱਡੇ ਨੇ, ਬਹੁਤ ਸਤਿਕਾਰਯੋਗ ਨੇ, DC ਇੱਕ ਜ਼ਿਲ੍ਹੇ ਦਾ ਧੁਰਾ ਹੁੰਦਾ, ਮੈਂ ਇਹਨਾਂ ਨੂੰ ਵਿਸ਼ਵਾਸ ਦਵਾਉਂਦਾ ਜਿਸ ਟਾਈਮ 'ਤੇ ਅੱਧੀ ਰਾਤ 'ਤੇ ਵੀ ਉਹਨੂੰ ਆਵਾਜ਼ ਦੇਣਗੇ, ਮੈਂ ਇਹਨਾਂ ਦੇ ਦਰਵਾਜ਼ੇ 'ਤੇ ਖੜਾ ਹੋਊਂਗਾ ਨਸ਼ੇ ਦੇ ਮੁਹਿੰਮ ਦੇ ਵਿਰੁੱਧ। ਹੋਰ ਮੈਂ ਤੁਹਾਨੂੰ ਕੀ ਧੰਨਵਾਦ ਕਰਾਂ? ਧੰਨਵਾਦ ਕੁਛ ਨਹੀਂ, ਮੈਨੂੰ ਜੇ ਮੈਨੂੰ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ, ਦੋ ਮਹੀਨੇ ਇਸੇ ਹਾਲ ਦੇ ਵਿੱਚ ਮੈਂ ਦੁਬਾਰਾ ਤੁਹਾਡੇ ਕੋਲ ਆਊਂਗਾ, ਮੈਂ ਦੇਖੂੰਗਾ ਕਿੰਨੀ ਜਨਤਾ ਆਈ, ਜੇ ਇਸ ਤੋਂ 3 ਜਨਤਾ ਆਈ ਤਾਂ ਮੈਂ ਪਾਸ ਹਾਂ, ਨਹੀਂ ਤਾਂ ਮੈਂ ਆਪਦੇ ਆਪ ਨੂੰ ਫੇਲ ਸਮਝਾਂਗਾ, ਫਿਰ ਮੈਂ ਹੋਰ ਮਿਹਨਤ ਕਰਨ ਦੀ ਕੋਸ਼ਿਸ਼ ਕਰਾਂਗਾ। ਧੰਨਵਾਦ ਜੀ ਸਾਰੇ।